ਹਾਂਜੀ, ਕੰਬੋਜ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਪਹਿਲਾਂ ਗੱਲ ਕਰਦੇ ਹਾਂ ਜਸ ਮਾਣਕ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਟਾਈਮ ਤੋਂ ਬਹੁਤ ਸਾਰੇ ਸਿੰਗਰਸ ਵੱਲੋਂ ਆਪਣੀਆਂ ਐਲਬਮ ਅਤੇ EPs ਰਿਲੀਜ਼ ਕੀਤੀਆਂ ਜਾ ਰਹੀਆਂ ਨੇ। ਅਤੇ ਉਦਾਂ ਹੀ ਅੱਜ ਤੋਂ 2 ਹਫ਼ਤੇ ਪਹਿਲਾਂ ਜਸ ਮਾਣਕ ਵੱਲੋਂ ਕਮਬੈਕ ਕਰਦੇ ਹੋਏ ਲਵ ਐਂਡ ਲਾਈਸ ਗਾਣਾ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਜਸ ਮਾਣਕ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਸਿੰਗਲ ਔਰ EP। ਅਤੇ ਇਸ ਤੋਂ ਬਾਅਦ ਇਹੀ ਲੱਗ ਰਿਹਾ ਕਿ ਸ਼ਾਇਦ ਜਸ ਮਾਣਕ ਵੱਲੋਂ ਵੀ ਨਵੀਂ EP ਰਿਲੀਜ਼ ਕੀਤੀ ਜਾਣ ਵਾਲੀ ਹੈ। ਅਗਲੀ ਅਪਡੇਟ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਦਾ ਨਵਾਂ ਗਾਣਾ ਲੀਕ ਹੋਇਆ ਸੀ, ਜਿਸ ਨੂੰ ਕਿ ਬਾਲੀ ਨਾਮ ਤੋਂ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਗਾਣੇ ਦੀ ਮੇਨ ਲਾਈਨ ਵਿੱਚ ਕਰਨ ਔਜਲਾ ਵੱਲੋਂ ਬਾਲਣ ਵਰਡ ਯੂਜ਼ ਕੀਤਾ ਗਿਆ ਹੈ। ਅਤੇ ਗਾਣੇ ਦੇ ਲੀਕ ਹੋਣ ਤੋਂ ਬਾਅਦ ਕੁਝ ਲੋਕ ਪੁੱਛ ਰਹੇ ਸੀ ਕਿ ਬਾਲਣ ਦਾ ਮਤਲਬ ਕੀ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਬਾਲਣ ਕਾਲਿਆਂ ਦਾ ਸਲੈਂਗ ਹੈ, ਅਤੇ ਬਲੈਕ ਕਮਿਊਨਿਟੀ ਵਿੱਚ ਉਹ ਲੋਕ ਇਸ ਵਰਡ ਨੂੰ ਯੂਜ਼ ਕਰਦੇ ਨੇ ਜਿਨ੍ਹਾਂ ਦਾ ਲਾਈਫ ਸਟਾਈਲ ਬਹੁਤ ਵਧੀਆ ਹੁੰਦਾ ਹੈ ਅਤੇ ਨਾਲ ਹੀ ਵੱਡੀਆਂ ਕਾਰਾਂ ਅਤੇ ਵੱਡੇ ਬੰਗਲੇ ਹੁੰਦੇ ਨੇ। ਤੇ ਕੌਣ ਕੌਣ ਚਾਹੁੰਦਾ ਹੈ ਕਿ ਬਾਲਣ ਗਾਣਾ ਓਫੀਸ਼ਲੀ ਵੀ ਰਿਲੀਜ਼ ਕਰਨਾ ਚਾਹੀਦਾ ਹੈ, ਕਮੈਂਟ ਵਿੱਚ ਜ਼ਰੂਰ ਦੱਸਿਓ। ਬਾਕੀ ਕਰਨ ਔਜਲਾ ਦੇ ਨਵੇਂ ਗਾਣੇ ਬਾਰੇ ਵੱਡੀ ਅਪਡੇਟ ਸਾਹਮਣੇ, ਅਤੇ ਅੱਜ ਹੀ ਆ ਰਿਹਾ ਮੈਜਿਕ ਸੌਂਗ, ਜਿਸ ਵਿਡ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।